ਰੂਪਨਗਰ ਦੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿੱਚ 63ਵੀਆਂ ਪੰਜਾਬ ਸਟੇਟ ਸਕੂਲ ਖੇਡਾਂ ਰੈਫਰਿੰਗ ਸ਼ੂਟਿੰਗ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਯਾਦਗਾਰ ਨਿਬੜੇ। ਜੇਤੂ ਖਿਡਾਰੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ KP ਰਾਣਾ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਪੀਕਰ ਨੇ ਸ਼ੂਟਿੰਗ ਦੀ ਖੇਡ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰਨ ਲਈ ਆਖਿਆ। ਉਹਨਾਂ ਨੇ ਕਿਹਾ ਕਿ ਜੋ ਸਥਾਨ ਖੇਡਾਂ ਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ। ਇਸ ਖੇਡ ਮੁਕਾਬਲੇ ਵਿੱਚ ਪੰਜਾਬ ਦੇ 20 ਜ਼ਿਲ੍ਹਿਆਂ ਤੋਂ 600 ਦੇ ਕਰੀਬ ਸ਼ੂਟਰਾਂ ਨੇ ਹਿੱਸਾ ਲਿਆ। ਸਪੋਰਟਸ ਡਿਪਾਰਟਮੈਂਟ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨਾਲ ਮਿਲ ਕੇ ਸ਼ੂਟਿੰਗ ਦੇ ਜਿਹੜੇ ਸੂਬਾ ਪੱਧਰੀ ਮੁਕਾਬਲੇ ਹੈ ਉਹ ਰੋਪੜ ਦੀ ਇਸ ਮਾਣਾ ਮੱਤੀ ਅਕੈਡਮੀ 'ਚ ਸੰਪੰਨ ਕਰਵਾਏ ਹੈ। ਸਾਡੇ ਲਈ ਇਹ ਮਾਣ ਦੀ ਗੱਲ ਹੈ, ਇਸ ਕਰਕੇ ਵੀ ਕਿਉਂਕਿ ਸ਼ੂਟਿੰਗ ਇੱਕ ਐਸਾ ਐਸਪੈਕਟ ਹੈ ਸਪੋਰਟਸ ਦਾ ਕਿ ਬਾਕੀ ਚੀਜ਼ਾਂ ਤਾਂ ਕਾਫੀ ਪਾਪੂਲਰ ਹੋਈਆਂ ਪਿਛਲੇ ਸਮਿਆਂ 'ਚ, ਲੇਕਿਨ ਸ਼ੂਟਿੰਗ ਦਾ ਕੰਸੈਪਟ ਕੁਛ ਨਵਾਂ ਹੈ। ਇਹ ਅਜੇ ਬਹੁਤਿਆਂ ਖਿੱਤਿਆਂ 'ਚ ਪਹੁੰਚਿਆ ਨਹੀਂ ਔਰ ਇਹਨੂੰ ਉਹ ਪਾਪੂਲਰਿਟੀ ਅਜੇ ਮਿਲੀ ਨਹੀਂ ਜਿਹੜੀ ਮਿਲਣੀ ਚਾਹੀਦੀ ਸੀ। ਇਹ ਬਹੁਤ ਅੱਛੀ ਸ਼ੁਰੂਆਤ ਹੈ। ਮੈਂ ਇਸ ਗੱਲ ਲਈ ਸਰਦਾਰ ਸੁਖਜਿੰਦਰ ਸਿੰਘ ਜੀ, ਉਹਨਾਂ ਦੇ ਸਮੂਹ ਸਟਾਫ ਨੂੰ, ਇਸ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ, ਚੈਨਲ 2।